ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਅੱਜ ਦਾ ਬੜਾ ਪਿਆਰਾ ਰਾਗ ਮਿਸ਼ਰਤ ਰਾਗਾਂ ਦੀ ਗਣਨਾ ਦੇ ਵਿੱਚ 27ਵਾਂ ਰਾਗ, ਰਾਗ ਬਸੰਤ ਹਿੰਡੋਲ। ਮੌਲਿਕ ਰਾਗ ਬਸੰਤ, ਆਪਣੇ ਆਪ ਵਿਸ਼ੇਸ਼ ਚੱਲਣ ਵਾਲਾ ਰਾਗ ਰਾਗ ਬਸੰਤ ਹੈ। ਸਾਧ ਸੰਗਤ ਜੀ, ਬਸੰਤ ਇੱਕ ਰੁੱਤਕਾਲੀਨ ਰਾਗ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਪਹਿਲਾਂ ਵੀ ਦੱਸਿਆ, ਰਾਗ ਸਨਾਤਨੀ ਰਾਗ ਨੇ, ਮੌਸਮੀ ਰਾਗ ਨੇ, ਉਸ ਤੋਂ ਬਾਅਦ ਇਲਾਕਾਈ ਰਾਗ ਨੇ। ਇਹ ਮੌਸਮੀ ਰਾਗ ਹੈ। ਬਸੰਤ ਰੁੱਤ ਵਿੱਚ ਇਸ ਰਾਗ ਨੂੰ ਗਾਇਆ ਅਤੇ ਵਜਾਇਆ ਜਾਂਦਾ ਹੈ। ਬਸੰਤ ਦੇ ਕਈ ਪ੍ਰਕਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਆਦਿ ਬਸੰਤ ਨੂੰ ਮੁੱਖ ਰੱਖ ਕੇ ਗੁਰੂ ਦੇ ਪਿਆਰੇ ਕੀਰਤਨੀ ਗਾਉਂਦੇ ਨੇ, ਪਰ ਸ਼ਾਸਤਰੀ ਸੰਗੀਤ ਅਤੇ ਗੁਰਮਤ ਸੰਗੀਤ ਦੇ ਵਿੱਚ ਵੀ ਬਸੰਤ ਦੇ ਕਈ ਪ੍ਰਕਾਰ ਗਾਏ ਅਤੇ ਵਜਾਏ ਜਾਂਦੇ ਨੇ। ਸਾਧ ਸੰਗਤ ਜੀ, ਪੂਰਬੀ ਥਾੜ ਦਾ ਬਸੰਤ ਸਭ ਤੋਂ ਵੱਧ ਪ੍ਰਚਲਿਤ ਹੈ, ਪਰ ਰਾਗ ਨਿਰਣਾਇਕ ਕਮੇਟੀ ਜੋ ਜਵੱਦੀ ਟਕਸਾਲ ਵਿਖੇ 1990 ਵਿੱਚ ਬਣੀ, ਉਹਦੇ ਵਿੱਚ ਬਸੰਤ ਸ਼ੁੱਧ ਸੁਰਾਂ ਦਾ ਜੋ ਬਸੰਤ ਹੈ ਬਿਲਾਵਲ ਥਾੜ ਤੋਂ, ਉਸਦਾ ਸਵਰੂਪ ਨਿਸ਼ਚਿਤ ਕੀਤਾ ਗਿਆ। ਗੱਲ ਕੇਵਲ ਇੰਨੀ ਹੈ ਕਿ ਪਰੰਪਰਾ ਦੇ ਅਧੀਨ ਗੁਰਮਤ ਸੰਗੀਤ ਦਾ ਆਪਣਾ ਇੱਕ ਮੌਲਿਕ ਰਾਗ ਹੈ। ਕਿਸੇ ਵੀ ਰਾਗ ਵਿੱਚ ਅਸੀਂ ਗਾਈਏ, ਸ਼ਬਦ ਗਾਈਏ, ਗੁਰੂ ਗ੍ਰੰਥ ਸਾਹਿਬ ਦੀ ਪਰੰਪਰਾ ਦੇ ਅਨੁਸਾਰ ਨਿਰਧਾਰਿਤ ਰਾਗਾਂ ਦੇ ਵਿੱਚ ਮਹਾਰਾਜ ਜੀ ਨੇ ਸਾਨੂੰ ਇੱਕ ਨਿਸ਼ਚਿਤ ਕਰ ਦਿੱਤੇ ਨੇ ਰਾਗ। ਇਸ ਕਰਕੇ ਜੇ ਉਹਨਾਂ ਰਾਗਾਂ ਦੇ ਵਿੱਚ ਅਸੀਂ ਗਾਈਏ ਤਾਂ ਜ਼ਿਆਦਾ ਆਨੰਦ ਬਣਦਾ ਹੈ। ਮਾਘ ਦੀ ਸੰਗਰਾਂਦ ਤੋਂ ਹੋਲੇ ਮਹੱਲੇ ਤੱਕ ਬਸੰਤ ਰੁੱਤ ਚੱਲਦੀ ਹੈ, ਜਿਹਦੇ ਵਿੱਚ ਆਪ ਜੀ ਹਮੇਸ਼ਾ ਸਰਵਣ ਕਰਦੇ ਹੋ ਤਖਤ ਸਾਹਿਬਾਨਾਂ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਜਿੱਥੇ ਵੀ ਗੁਰਬਾਣੀ ਕੀਰਤਨ ਦੀ ਪਰੰਪਰਾ ਲਾਗੂ ਹੈ, ਉੱਥੇ ਪਹਿਲਾ ਸ਼ਬਦ ਬਸੰਤ ਰਾਗ ਤੋਂ ਹੀ ਪ੍ਰਾਰੰਭ ਹੁੰਦਾ ਹੈ ਅਤੇ ਪੌੜੀ ਬਸੰਤ ਰਾਗ ਦੀ ਹੀ ਲੱਗਦੀ ਹੈ। ਹਰ ਕਾ ਨਾਮ ਤੇ ਆਇਕ ਹੈ ਉਹ ਹਰਿਆ ਪਾਈ। ਇਸ ਰਾਗ ਦੇ ਵਿੱਚ ਬਸੰਤ ਅਤੇ ਹਿੰਡੋਲ, ਬਸੰਤ ਮੁੱਖ ਰਾਗਾਂ ਦੀ ਗਣਨਾ ਵਿੱਚ ਹੈ ਅਤੇ ਮਿਸ਼ਰਤ ਰਾਗਾਂ ਦੀ ਗਣਨਾ ਦੇ ਵਿੱਚ ਬਸੰਤ ਹਿੰਡੋਲ ਸਾਨੂੰ ਮਿਲਦਾ ਹੈ। ਰਾਗਾਤਮਕ ਪਹਿਲੂ ਵੱਲ ਦੇਖੀਏ ਤੇ ਰਾਗ ਬਸੰਤ ਹਿੰਡੋਲ ਰੁੱਤਕਾਲੀਨ ਰਾਗ ਹੋਣ ਕਰਕੇ ਇਸ ਦਾ ਗਾਇਨ ਸਮਾਂ ਦਿਨ ਦਾ ਪਹਿਲਾ ਪਹਿਰ ਅਤੇ ਬਸੰਤ ਰੁੱਤ ਵਿੱਚ ਹਰ ਸਮੇਂ ਇਸ ਰਾਗ ਨੂੰ ਗਾਇਆ ਅਤੇ ਵਜਾਇਆ ਜਾਂਦਾ ਹੈ। ਜਦੋਂ ਬਸੰਤ ਰੁੱਤ ਹੁੰਦੀ ਆਪ ਜੀ ਸਰਵਣ ਕਰਦੇ ਹੋ ਗੁਰੂ ਦੇ ਪਿਆਰੇ ਲਾਡਲੇ ਕੀਰਤਨੀਆਂ ਪਾਸੋਂ। ਇਸ ਰਾਗ ਦੇ ਵਿੱਚ ਰਿਸ਼ਭ ਨੂੰ ਵਰਜਿਤ ਕੀਤਾ ਜਾਂਦਾ ਹੈ, ਦੋਨੋਂ ਮੱਧਮ ਪ੍ਰਯੋਗ ਵਿੱਚ ਹੁੰਦੇ ਨੇ, ਕਿਉਂਕਿ ਬਿਲਾਵਲ ਥਾੜ ਤੋਂ ਅਸੀਂ ਬਸੰਤ ਨੂੰ ਲਿਆ ਅਤੇ ਹਿੰਡੋਲ ਕਰਕੇ ਮੱਧਮ ਤੀਵਰ ਦਾ ਪ੍ਰਯੋਗ ਹੁੰਦਾ ਹੈ, ਦੋਨੋਂ ਮੱਧਮ ਪ੍ਰਯੋਗ ਵਿੱਚ ਹੁੰਦੇ ਨੇ। ਇਸ ਰਾਗ ਦੀ ਜਾਤੀ ਵੱਕਰ ਛਾੜਵ ਔੜਵ ਮੰਨੀ ਗਈ ਹੈ। ਇਸ ਰਾਗ ਦਾ ਵਾਦੀ ਸਵਰ ਮੱਧਮ ਮੰਨਿਆ ਗਿਆ ਹੈ ਅਤੇ ਸੰਵਾਦੀ ਸਵਰ ਛੜਜ ਨੂੰ ਮੰਨਿਆ ਗਿਆ ਹੈ। ਇਸ ਰਾਗ ਦਾ ਥਾਟ ਪੂਰਬੀ ਮਾਰਵਾ ਨੂੰ ਮੰਨਿਆ ਗਿਆ ਹੈ। ਸਵਾਉ ਬੜੇ ਪਿਆਰ ਨਾਲ ਰਾਗ ਬਸੰਤ ਹਿੰਡੋਲ ਦੇ ਵਿੱਚ ਗੁਰੂ ਦੇ ਲਾਡਲੇ ਕੀਰਤਨੀ ਉਹਨਾਂ ਪਾਸੋਂ ਵੀ ਗੁਰਬਾਣੀ ਕੀਰਤਨ ਅਸੀਂ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।